ਸੱਚਰੀਆ ਕਾਲਜੀ ਚੈਨਲ ਪੰਜਾਬ ਨਿਊਜ਼ ਟੂਡੇ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੋਏ ਹਾਂ ਇਸ ਵੇਲੇ ਦੀ ਵੱਡੀ ਖਬਰੋ ਇਹਨਾਂ ਲੋਕਾਂ ਲਈ ਤਾਜੀ ਖੁਸ਼ ਖਬਰੀ ਦੀਵਾਲੀ ਤੱਕ ਮਿਲਣਗੇ ਇਹ ਤਿੰਨ ਵੱਡੇ ਤੋਹਫੇ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਹਰ ਇੱਕ ਨਿੱਕੀ ਵੱਡੀ ਖਬਰ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲ ਹੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਤੇ ਹਾਰੰਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਲੱਗ ਰਿਹਾ ਹੈ ਕਿ ਸਰਕਾਰ ਕਰਮਚਾਰੀਆਂ ਨੂੰ ਵੱਡੇ ਤੋਹਫੇ ਦੇਣ ਦੇ ਮੂਡ ਵਿੱਚ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਦਿਵਾਲੀ ਤੱਕ ਸਰਕਾਰੀ ਕਰਮਚਾਰੀਆਂ ਨੂੰ ਕੇਂਦਰ ਸਰਕਾਰ ਤੋਂ ਤਿੰਨ ਤੋਹਫੇ ਮਿਲ ਸਕਦੇ ਹਨ ਪਹਿਲਾ ਸਤੰਬਰ ਦੇ ਅੰਤ ਤੱਕ ਉਹਨਾਂ ਦਾ ਮਹਿੰਗਾਈ ਪੱਤਾ ਵਦਨਾ ਤਹਿ ਹੈ ਦੂਜਾ ਡੀਏ ਦੇ ਬਕਾਏ ਤੇ ਵੀ ਸਰਕਾਰ ਨਾਲ ਗੱਲਬਾਤ ਹون ਦੀ ਸੰਭਾਵਨਾ ਹੈ ਹਾਲਾਂਕਿ ਸਰਕਾਰ ਬਕਾਇਆ ਦੇਣ ਦੇ ਹੱਕ ਵਿੱਚ ਨਹੀਂ ਹੈ ਇਸ ਦੇ ਨਾਲ ਹੀ ईपीएफओ ਤੋਂ ਦਿਵਾਲੀ ਤੱਕ ਪ੍ਰੋਵੀਡੈਂਟ ਫੰਡ ਦੇ ਵਿਆਜ ਦੇ ਪੈਸੇ ਵੀ ਖਾਤਿਆਂ ਵਿੱਚ ਜਮ੍ਹਾਂ ਹੋ ਜਾਣਗੇ ਖਾਸ ਗੱਲ ਇਹ ਹੈ ਕਿ ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ ਨੂੰ ਵੀ ईपीएफ ਵਿਆਜ ਦਾ ਲਾਭ ਮਿਲੇਗਾ ਕਰਮਚਾਰੀ ਭਵਿੱਖ ਨਿਧੀ ਸੰਗਠਨ ਤਿਉਹਾਰਾਂ ਤੋਂ ਪਹਿਲਾਂ ਗਾਹਕਾਂ ਦੇ ईपीएफ ਖਾਤਿਆਂ ਵਿੱਚ ਵਿਆਜ ਦਾ ਪੈਸਾ ਜਮਾ ਕਰੇਗਾ ਐਸਟੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਕਤੂਬਰ ਦੇ ਅੰਤ ਤੱਕ 8.1% ਦੀ ਦਰ ਨਾਲ ਵਿਆਜ ਹਰ ਕਿਸੇ ਦੇ ਖਾਤੇ ਵਿੱਚ ਪਾ ਦਿੱਤਾ ਜਾਵੇਗਾ ਅਜਿਹੇ ਚ ਦਿਵਾਲੀ ਦੇ ਆਸ-ਪਾਸ ਉਹਨਾਂ ਨੂੰ ਗਿਫਟ ਵੀ ਮਿਲ ਸਕਦਾ ਹੈ ਤੁਹਾਨੂੰ ਦੱਸ ਦਈਏ ਈਪੀਐਫ ਹਰ ਵਿੱਤੀ ਸਾਲ ਲਈ ਈਪੀਐਫ ਦੀ ਰਕਮ ਤੇ ਵਿਆਜ ਅਦਾ ਕਰਦਾ ਹੈ ਚਾਲੂ ਵਿੱਤੀ ਸਾਲ 'ਚ 8.1% ਦੀ ਦਰ ਨਾਲ ਵਿਆਜ ਤੈਅ ਕੀਤਾ ਗਿਆ ਹੈ